ਸਤਿ ਸ਼੍ਰੀ ਅਕਾਲ, ਰਾਮ ਰਾਮ ਅਤੇ ਅਸਲਾਮ ਵਾਲੀਕੁਮ। ਕਿੱਦਾਂ ਮੇਰੇ ਦੋਸਤੋ, ਉਮੀਦ ਕਰਦਾ ਕਿ ਤੁਸੀਂ ਸਾਰੇ ਜਣੇ ਠੀਕ ਹੀ ਹੋਵੋਗੇ ਅਤੇ ਚੜ੍ਹਦੀ ਕਲਾ 'ਚ ਹੋਵੋਗੇ। ਅਤੇ ਅੱਜ ਗੱਲ ਕਰਾਂਗੇ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਆ ਤੁਹਾਡੇ ਵਾਸਤੇ, ਸਾਰਿਆਂ ਵਾਸਤੇ। ਬਲੌਗ ਕਾਫੀ ਦਿਨਾਂ ਬਾਅਦ ਬਣਾਇਆ ਜਾ ਰਿਹਾ ਆ ਕਿਉਂਕਿ ਸਟ੍ਰੈੱਸ ਬਹੁਤ ਜ਼ਿਆਦਾ ਹੈ ਦਿਮਾਗ ਦੇ ਉੱਪਰ, ਜਦੋਂ ਦੇ ਪੁਰਤਗਾਲ ਵਿੱਚ ਆ ਚੁੱਕੇ ਹਾਂ। ਅਤੇ ਖੈਰ, ਕੱਲ੍ਹ ਦੀ ਮੁਬਾਰਕਾਂ ਬਣੀਆਂ ਆ ਸਾਰਿਆਂ ਵਾਸਤੇ, ਜਿੰਨੇ ਵੀ ਮੇਰੇ ਭਰਾ 2022 ਦੇ ਵਿੱਚ ਆਏ ਸੀਗੇ ਸਤੰਬਰ ਤੱਕ। ਸਾਰਿਆਂ ਨੂੰ ਗੁੱਡ ਨਿਊਜ਼ ਇਹੀ ਆ ਕਿ ਆਈਮਾ ਨੇ ਸਾਰਿਆਂ ਦੀਆਂ ਮੇਲਾਂ ਓਪਨ ਕਰਕੇ ਖੁਸ਼ਖਬਰੀ ਦਿੱਤੀ ਆ। ਪਰ ਉਹਦੇ ਨਾਲ ਨਾਲ ਖਿਆਲ ਇਹ ਰੱਖਣਾ ਕਿ ਬਹੁਤ ਸਾਰੇ, ਚਲੋ ਯੂਟਿਊਬਰਾਂ ਨੇ ਵਲੌਗ ਬਣਾਏ ਆ, ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ, ਪਰ ਜਿੱਦਾਂ ਕਿ ਹੁਣ ਈਮੇਲ ਆਉਣ ਦੇ ਨਾਲ ਨਾਲ ਮਗਰਮੱਛ ਵੀ ਤਗੜੇ ਹੋ ਗਏ ਆ, ਉਹਨਾਂ ਮਗਰਮੱਛਾਂ ਤੋਂ ਵੀ ਬਚਣਾ ਆਪਾਂ, ਕਿਉਂਕਿ ਕੰਟਰੈਕਟ ਹੋ ਗਿਆ ਅਤੇ ਜੁੰਤੇ ਹੋ ਗਏ, ਜਿਨ੍ਹਾਂ ਜੁੰਤਿਆਂ ਦਾ ਰੇਟ ਕਦੀ 5-7 ਰੁਪਈਏ ਲੱਗਦੇ ਆ ਜਾਂ 50 ਰੁਪਈਏ ਲੱਗਦੇ ਆ, ਉਹਨਾਂ ਦਾ ਹੀ ਰੇਟ ਹੁਣ 100, 150, 200 ਜਿੱਦਾਂ ਕਿਸੇ ਦੀ ਸੈਟਿੰਗ ਆਉਂਦੀ ਉੱਦਾਂ। ਫਿਰ ਅਪੋਇੰਟਮੈਂਟ ਚੱਕਣ ਵਾਸਤੇ ਕੋਈ 50 ਮੰਗ ਰਿਹਾ, ਕੋਈ 100 ਮੰਗ ਰਿਹਾ। ਥੋੜ੍ਹਾ ਜਿਹਾ ਪੇਸ਼ੈਂਟ ਰੱਖੋ, ਜਿਹੜੇ ਯੂਰਪ 'ਚ ਬੈਠੇ ਆ ਹੋਰਾਂ ਕੰਟਰੀਆਂ ਦੇ ਵਿੱਚ, ਉਹਨਾਂ ਨੂੰ ਵੀ ਪਤਾ ਨਹੀਂ ਕੀ ਹਵੜਾ ਦਵੜੀ ਮੱਚ ਗਈ ਆ। ਮੇਰੇ ਖੁਦ ਜਾਣਨ ਵਾਲੇ ਤਕਰੀਬਨ 40-50 ਬੰਦੇ ਇੱਦਾਂ ਦੇ ਆ ਜਿਹੜੇ ਬਾਹਰਲੀਆਂ ਕੰਟਰੀਆਂ 'ਚ ਬੈਠੇ ਸੀ, ਕਿ ਉਹ ਰਾਤੋ ਰਾਤ ਹੀ ਯੂਰਪ ਨੂੰ, ਇੱਧਰ ਨੂੰ ਪੁਰਤਗਾਲ ਨੂੰ ਭੱਜ ਪਏ ਆ। ਕੋਈ ਜਰਮਨ ਆ, ਕੋਈ ਫਰਾਂਸ ਆ, ਕੋਈ ਬੈਲਜੀਅਮ ਬੈਠਾ ਆ। ਭਾਈ ਦੇਖੋ, ਇਹ ਜਿਹੜਾ ਮੇਲਾ ਦਾ ਕੰਮ ਆ, ਇਹ ਹੌਲੀ 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 ਚੱਲ ਰਿਹਾ। ਜੇ ਤਾਂ ਫਸਟ ਮੇਲ ਕਈਆਂ ਦਾ ਪ੍ਰੀ ਸੈਕਚੁਅਲ ਆ ਰਿਹਾ ਆ ਨਾ, ਉਸ ਤੋਂ ਬਾਅਦ ਵੀ ਕਾਫੀ ਟਾਈਮ ਲੱਗ ਜਾਂਦਾ, ਮਹੀਨਾ, 1.5 ਮਹੀਨਾ, 2 ਮਹੀਨੇ ਮੰਨ ਕੇ ਚੱਲੋ ਤੁਸੀਂ ਇਹਨਾਂ ਸਾਰੀ ਕਾਰਵਾਈ ਦੇ ਵਿੱਚ। ਐਡੀ ਵੀ ਕੋਈ ਹਬੜਾ ਦਬੜੀ ਮਚਾਉਣ ਦੀ ਲੋੜ ਨਹੀਂ ਗੀ। ਅਸੀਂ ਵੀ ਖੁਦ, ਮੇਰਾ ਅਗਸਤ ਦਾ ਹੀ ਆ, ਸਾਰੇ ਅਸੀਂ ਬੈਠੇ ਹੋਏ ਹਾਂ, ਅਤੇ ਜਿਨ੍ਹਾਂ ਦੀਆਂ ਮੇਲਾਂ ਆ ਗਈਆਂ ਉਹਨਾਂ ਨੂੰ ਤਾਂ ਚਲੋ ਕੰਗਰੈਚੁਲੇਸ਼ਨਸ, ਪਰ ਮਗਰਮੱਛਾਂ ਤੋਂ ਥੋੜ੍ਹਾ ਜਿਹਾ ਬਚ ਕੇ ਰਹਿਣਾ, ਕਿਉਂਕਿ ਮਗਰਮੱਛਾਂ ਅਤੇ ਏਜੰਟਾਂ ਦੀ ਇਸ ਟਾਈਮ ਲੈਟਰ ਹੀ ਨਿਕਲਣੀ ਹੈ। ਅਤੇ ਜਿੰਨੇ ਵੀ ਏਜੰਟ ਆ ਜਿਹੜੇ, ਅਤੇ ਵਧੀਆ ਏਜੰਟ ਆ, ਉਹ ਤਾਂ ਚਲੋ ਮਾੜਾ ਚੰਗਾ ਦੇਖਦੇ ਆ ਬੰਦੇ ਨੂੰ ਕਿ ਹਾਂ ਵੀ ਚਲੋ ਇਹ ਮਾਤੜ ਬੰਦਾ, ਇਹਦੀ ਥੋੜ੍ਹੀ ਜਿਹੀ ਹੈਲਪ ਕੀਤੀ ਜਾਵੇ। ਅਤੇ ਬਾਕੀ 90% ਤਾਂ ਜਿਹੜੇ, 10% ਸਹੀ ਆ, 90% ਜਿਹੜੇ ਹੈਗੇ ਆ ਉਹ ਤਾਂ ਇਹ ਨਹੀਂ ਦੇਖਦੇ ਕਿ ਹਾਂ ਵੀ ਇਹ ਮਾੜਾ ਆ ਜਾਂ ਇਹਦੇ ਕੋਲ ਕੰਮ ਹੈ ਨਹੀਂ ਜਾਂ ਇਹ ਹੈ ਨਾ, ਕਿੱਦਾਂ ਵਿਚਾਰਾ ਸਰਵਾਈਵ ਕੀਤਾ ਇੰਨੇ ਚਿਰ, ਇਹਨੇ ਉਹ ਵੱਢਣ ਵਾਲੀ ਗੱਲ ਕਰਦੇ ਆ, ਉਹਨਾਂ ਨੂੰ ਨਹੀਂ ਫਰਕ ਪੈਂਦਾ। ਉਹ ਕਹਿੰਦੇ ਲਿਆਓ, ਜਿੱਥੋਂ ਮਰਜ਼ੀ ਲੈ ਕੇ ਆਓ, ਮਣਕਾ ਚਾਹੀਦਾ ਯੂਰੋ, ਮਣਕੇ ਦੇ ਉੱਤੇ ਡਿਪੈਂਡ ਆ ਸਾਰੀ ਗੱਲਬਾਤ। ਅਤੇ ਬਚੋ ਮੇਰੇ ਭਰਾਵੋ ਇਹਨਾਂ ਸਾਰਿਆਂ ਚੋਰਾਂ ਠੱਗਾਂ ਤੋਂ ਜਿੰਨੇ ਵੀ ਬੈਠੇ ਆ। ਅਤੇ ਬੰਦੇ ਨੂੰ ਪਹਿਚਾਣੋ ਪਹਿਲੇ, ਉਹਦੀ ਆਵਾਜ਼ ਕੀ ਆ, ਕਿੱਦਾਂ ਕੋਈ ਚੱਲ ਰਿਹਾ। ਕੋਈ ਚੰਗੇ ਵੀ ਹੈਗੇ ਆ, ਮੈਂ ਸਾਰਿਆਂ ਨੂੰ ਮਾੜਾ ਨਹੀਂ ਕਹਿੰਦਾ, ਪਰ 90% ਮਾੜੇ ਹੀ ਆ, 10% ਸਹੀ ਮਿਲਣੇ ਤੁਹਾਨੂੰ, ਲੱਭਣਾ ਤੁਸੀਂ ਖੁਦ ਆ, ਠੀਕ ਆ ਜੀ। ਬਾਕੀ ਮੇਰੇ ਭਰਾ ਜਿਹੜੇ ਯੂਰਪ ਆਉਣ ਲਈ ਚਾਹਵਾਨ ਆ, ਜਿਹੜੇ ਯੂਰਪ ਆਉਣ ਦੀ ਚਾਹਤ ਰੱਖਦੇ ਆ, ਏਜੰਟਾਂ ਦੇ ਕੋਲ ਫਸਣ ਦੀ ਲੋੜ ਨਹੀਂ। ਜਿਹੜੇ ਇੰਡੀਆ ਦੇ ਵਿੱਚ ਬੈਠੇ ਆ, ਕੋਈ ਜਸਵਾਦ ਦਾ ਕੋਈ ਏਜੰਟ ਦੇਖੋ ਜਿਹੜਾ ਤੁਹਾਨੂੰ ਸਿੱਧਾ ਲਾ ਸਕੇ। ਅਜੇ ਡੌਂਕੀ ਡੁੰਕੀ ਦੇ ਚੱਕਰਾਂ ਦੇ ਵਿੱਚ ਬੈਠੇ ਆ ਨਾ, ਪਿੱਛੇ ਜੇ ਹੁਣ ਕਾਫੀ ਬੰਦੇ ਫਿਨਲੈਂਡ ਬਾਰਡਰ ਦੇ ਲਾਗੇ, ਫਿਨਲੈਂਡ ਬਾਰਡਰ ਓਪਨ ਹੋਇਆ ਸੀ ਪਿੱਛੇ ਜੇ, ਤਕਰੀਬਨ 5-6 ਮੁੰਡੇ ਉੱਥੇ ਮਰ ਮੁਰ ਗਏ ਆ, ਇਹ ਵੀ ਇਨਫੋਰਮੇਸ਼ਨ ਆਪਣੇ ਕੋਲ 100% ਆ। ਅਤੇ ਉੱਥੇ ਲਾਸ਼ਾਂ ਪਈਆਂ ਸੀ ਵਿਚਾਰਿਆਂ ਦੀਆਂ, ਕਿਸੇ ਦਾ ਪੋਤੇ ਆ, ਕਿਸੇ ਦਾ ਭਰਾ ਆ, ਹੈ ਨਾ। ਅਤੇ ਇੱਦਾਂ ਕਿਸੇ ਨਾਲ ਹੈਬਿਟ ਨਾ ਹੋਵੇ,
ਅਤੇ ਜਿਹੜੇ ਮੋਸਕੋ ਬੈਠੇ ਹੋਏ ਆ ਹੈ ਨਾ, ਇਹਨਾਂ ਕੰਟਰੀਆਂ ਦੇ ਲਾਗੇ ਜਿੱਥੇ ਜਿੱਥੇ ਬਰਫ਼ ਪੈ ਰਹੀ ਆ, ਥੋੜ੍ਹਾ ਜਿਹਾ ਮੈਂ ਕਾਫੀ ਆਪਣੀ ਪੁਰਾਣੀ ਵੀਡੀਓ ਦੇ ਵਿੱਚ ਵੀ ਦੱਸਦਾ ਹੁੰਦਾ ਕਿ ਜਦੋਂ ਤੱਕ ਵਿੰਟਰ ਚੱਲ ਰਿਹਾ ਨਾ, ਥੋੜ੍ਹਾ ਜਿਹਾ ਧਿਆਨ ਨਾਲ, ਹਾਲਾਤ ਕੁਛ ਸਹੀ ਨਹੀਂ ਹੈਗੇ, ਬਰਫ਼ ਬਹੁਤ ਪੈ ਰਹੀ ਹੈ, ਮਾਈਨਸ ਤੋਂ ਵੀ ਥੱਲੇ ਟੈਂਪਰੇਚਰ ਚੱਲਣ ਡਿਆ ਆ, ਅਤੇ ਕਾਹਦੇ ਵਾਸਤੇ ਆਪਾਂ ਜਿੱਥੇ ਬੈਠੇ ਅੰਦਰ ਅੰਦਰ ਰਹੋ, ਅਰਮੀਨੀਆ ਵਾਲੇ ਵੀ ਅੰਦਰ ਰਹੋ, ਕਿਉਂਕਿ ਇਹਨਾਂ ਕੰਟਰੀਆਂ 'ਚ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ ਇਸ ਟਾਈਮ, ਆਪਣੀ ਜਾਨ ਨੂੰ ਰਿਸਕ ਲੈ ਕੇ ਅੱਗੇ ਆਉਣਾ ਬਹੁਤ ਮੁਸ਼ਕਲ ਆ। ਜੇ ਮੰਨ ਲਓ ਦਸਾਂ ਵਿੱਚੋਂ ਇੱਕ ਦੋ ਨੂੰ ਕੁਛ ਹੋ ਗਿਆ, ਅਤੇ ਜਿਹੜੇ ਸੱਤ ਅੱਠ ਆਏ ਉਹਨਾਂ ਦਾ ਵੀ ਕੋਈ ਫਾਇਦਾ ਥੋੜ੍ਹੀ ਨਾ ਹੈਗਾ। ਜਦੋਂ ਆਪਾਂ ਚੱਲੇ ਮੰਜ਼ਿਲ ਦੇ ਉੱਪਰ, ਸਾਰੇ ਮੁਸਾਫਰ ਬਰਾਬਰ ਪਹੁੰਚਣੇ ਚਾਹੀਦੇ ਆ, ਫਿਰ ਜ਼ਿੰਦਗੀ ਜੀਣ ਦਾ ਨਜ਼ਾਰਾ ਆਉਂਦਾ ਹੈ ਕਿ। ਅਤੇ ਮੋਸਕੋ ਮੁਸਕੋ ਰਸ਼ੀਆ ਵਾਲੇ ਜਿਹੜੇ ਬੈਠੇ ਆ ਨਾ ਮੇਰੇ ਭਰਾ, ਉੱਥੇ ਉੱਥੇ ਬੈਠੇ ਰਹੋ ਜਿੱਥੇ ਜਿੱਥੇ ਹੈਗੇ ਆ ਤੁਸੀਂ। ਯੂਰਪ ਦੇ ਵਿੱਚ ਇਸ ਟਾਈਮ ਪੂਰੇ ਯੂਰਪ ਦੇ ਵਿੱਚ ਠੰਡ ਪੈ ਰਹੀ ਆ, ਅਤੇ ਇੱਧਰ ਉੱਧਰ ਜ਼ਿਆਦਾ ਦੌੜਨ ਦੀ ਜ਼ਰੂਰਤ ਨਹੀਂ। ਬਾਕੀ ਮੇਰੇ ਭਰਾ ਜਿਹੜੇ ਆ, ਪੁਰਤਗਾਲ ਦੀ ਹਵਾ ਚੱਲ ਪਿਆ ਨਾ ਇਸ ਟਾਈਮ, ਬਹੁਤ ਤੇਜ਼ ਹਵਾ ਚੱਲਣ ਡਈ ਆ ਜਿਹੜੀ ਈਮੇਲਾਂ ਵਾਲੀ, ਇਹਦੇ ਚੱਕਰਾਂ ਦੇ ਵਿੱਚ ਆਪਣਾ ਝੱਗਾ ਝੋਣ ਨਹੀਂ ਕਰਾਉਣਾ, ਇਹ ਤੋਂ ਬਚ ਕੇ ਰਹਿਣਾ। ਅਤੇ ਬਾਕੀ ਮੇਰੇ ਸਾਰੇ ਯੂਰਪ ਵਾਲੇ ਭਰਾਵਾਂ ਲਈ ਇੱਕ ਹੋਰ ਇਨਫੋਰਮੇਸ਼ਨ ਆ ਕਿ ਆਸਟਰੀਆ ਤੋਂ ਕੋਈ ਮੁੰਡਾ ਗਿਆ ਸੀ ਇੰਡੀਆ ਨੂੰ, ਉਹਦੀ ਮੈਨੂੰ ਨੌਲੇਜ ਹੋਈ ਆ, ਕੋਈ ਗੱਲਬਾਤ ਦਾ ਪਤਾ ਲੱਗਿਆ ਕਿ ਉਹਦਾ ਕਿਤੇ ਮਤਲਬ ਹੈਪਨਡ ਹੋ ਗਿਆ ਉਹਦੇ ਨਾਲ, ਉਹਨੂੰ ਮਾਰ ਮੂਰ ਦਿੱਤਾ ਗਿਆ ਵਿਚਾਰੇ ਨੂੰ, ਠੀਕ ਆ ਜੀ। ਉੱਥੇ ਆਪਣੇ ਵੀ ਲੋਕ ਜਿਹੜੇ ਬੈਠੇ ਆ ਨਾ ਇੰਡੀਆ ਦੇ ਵਿੱਚ, ਧਾਗ ਲਾ ਕੇ ਬੈਠੇ ਆ, ਬਹੁਤੀਆਂ ਚੈਨੀਆਂ ਚੂਨੀਆਂ ਇਹ ਮੁੰਦੀਆਂ ਛਾਪਾਂ ਛੱਲੇ ਪਾ ਕੇ ਜਾਣ ਦੀ ਜ਼ਰੂਰਤ ਨਹੀਂ। ਸਿੰਪਲ ਜੇ ਜਾਓ ਉੱਥੇ, ਨਸ਼ਿਆਂ ਦੇ ਵਿੱਚ ਟੁੰਨ ਹੋਈ ਆ ਦੁਨੀਆ, ਜਿਹੜਾ ਬੰਦਾ ਮਿਲਦਾ ਉਹਨੂੰ ਚੱਕੀ ਜਾਂਦੇ ਆ, ਜਿਹਦੇ ਕੋਲ ਚਾਰ ਪੈਸੇ ਜੇਬ 'ਚ ਨਜ਼ਰ ਆਉਂਦੇ ਉਹਨੂੰ ਚੱਕ ਲੈਂਦੇ ਆ। ਈਵਨ ਦਿੱਲੀ ਏਅਰਪੋਰਟ 'ਤੇ ਕੰਮ ਸ਼ੁਰੂ ਹੋ ਜਾਂਦਾ ਆ, ਬਚ ਕੇ ਏਅਰਪੋਰਟਾਂ 'ਤੇ ਕੰਮ ਸ਼ੁਰੂ ਆ। ਟੈਕਸੀਆਂ ਵਾਲੇ ਕਹਿੰਦੇ ਆ ਉਹ ਸ਼ਿਕਾਰ ਆ ਗਿਆ, NRI ਉਹਨੂੰ ਚੱਕ ਲਓ। ਹੁਣ ਜਿਹੜੇ ਜਿਹੜੇ ਵੀ ਮੁੰਡੇ ਇੰਡੀਆ ਨੂੰ ਜਾ ਰਹੇ ਆ ਭਾਈ, ਆਪਣੀ ਸੇਫਟੀ ਦੇ ਨਾਲ ਜਾਓ, ਬਹੁਤਾ ਘੁੰਮਣ ਫਿਰਨ ਦੀ ਲੋੜ ਨਹੀਂ, ਆਰਾਮ ਨਾਲ ਆਪਣੇ ਰਿਸ਼ਤੇਦਾਰਾਂ ਨੂੰ ਮਿਲੋ, ਸਿੰਪਲ ਜੇ ਸਾਦਗੀ ਜੀ 'ਚ, ਜ਼ਿਆਦਾ ਹੁਸ਼ਿਆਰੀਆਂ ਕਰਨ ਦੀ ਜ਼ਰੂਰਤ ਨਹੀਂ ਕਿ ਹਾਂ ਵੀ ਅਸੀਂ ਇੱਦਾਂ ਉਹਦਾ, ਕਿਉਂਕਿ ਹਰ ਕੋਈ ਬੰਦਾ ਉੱਥੇ ਇੱਦਾਂ ਹੀ ਆ, ਜਿਹੜੇ ਨਸ਼ੇ ਨੁਸ਼ੇ ਕਰਦੇ ਆ ਨਾ, ਜਿੱਥੇ ਦਾ ਲੱਗਦਾ ਉੱਥੇ ਖਿੱਚ ਦਿੰਦੇ ਤੁੰਬਾ, ਫਾਇਦਾ ਕੋਈ ਨਹੀਂ ਜ਼ਿਆਦੀਆਂ ਚਤਰਾਈਆਂ ਕਰਕੇ, ਕਿਉਂਕਿ ਇਹਨਾਂ ਕੰਟਰੀਆਂ 'ਚ ਸਾਨੂੰ ਪਤਾ ਆਪਾਂ ਸੇਫ ਬੈਠੇ ਹਾਂ ਸਾਰੇ ਜਣੇ। ਉੱਥੇ ਜ਼ਿਆਦਾਤਰ ਨਸ਼ੇੜੀ ਆ, ਜਿਹੜੇ ਇੱਦਾਂ ਦੇ ਕੰਮ ਕਰਦੇ ਚੋਰੀਆਂ ਚਕਾਰੀਆਂ ਵਾਲੇ, ਵੱਧ ਘੱਟ ਕਿਤੇ ਲਾ ਦੇਣਗੇ ਆ ਮੁੰਡੇ ਦੇ ਵਿਚਾਰੇ ਨੂੰ, ਉਹਨੇ ਖਰੇ ਚੈਨੀ ਚੁੰਨੀ ਪਾਈ ਸੀ ਜਾਂ ਕੜਾ ਕੁੜਾ ਪਾਇਆ ਸੀ, ਉਹਦੇ ਸਿਰ 'ਚ ਕੁਛ ਮਾਰ ਮੂਰ ਕੇ ਤਾਂ ਉਹਨੂੰ ਇੱਦਾਂ ਕਰ ਦਿੱਤਾ, ਕਿਸੇ ਦਾ ਕੀ ਗਿਆ, ਮਾਰ ਕੇ ਸਿੱਟ ਗਏ ਅਗਲੇ। ਅਤੇ ਸੇਫ ਰਹੋ ਅਤੇ ਸਿਕਿਓਰ ਰਹੋ ਜਿਨ੍ਹਾਂ ਨੇ ਵੀ ਜਾਣਾ ਆ। ਹੁਣ ਕਿਉਂਕਿ ਕਾਰਡ ਕੂਡ ਲੋਕਾਂ ਨੂੰ ਮਿਲਣੇ ਆ, ਐਵੇਂ ਹਵਾ ਵੀ ਕਰਨੀ ਆ ਕਈਆਂ ਨੇ ਜਾ ਕੇ, ਸਾਰੇ ਨਹੀਂ ਕਹਿੰਦਾ, ਕੁਛ ਪਰਸੈਂਟ ਲੋਕ ਹੁੰਦੇ ਆ ਜਿਹੜੇ ਜਾ ਕੇ ਉੱਥੇ ਹਵਾ ਕਰਦੇ ਆ ਕਿ ਅਸੀਂ ਇੱਦਾਂ ਜੀ ਉੱਦਾਂ ਜੀ, ਪਰ ਜੇ ਅਸੀਂ ਆਪਣੇ ਤੱਕ ਰਵਾਂਗੇ ਤਾਂ ਜ਼ਿਆਦਾ ਵਧੀਆ ਰਵਾਂਗੇ। ਅਤੇ ਅਗਲੀ ਗੱਲ ਕਰਦੇ ਹਾਂ ਜੀ, ਹੁਣ ਜਿਨ੍ਹਾਂ ਨੇ ਜਿਨ੍ਹਾਂ ਦੇ ਰਿਫਿਊਜ਼ਲਾਂ ਲੱਗ ਚੁੱਕੀਆਂ ਇੰਡੀਆ ਦੇ ਵਿੱਚ, ਠੀਕ ਆ ਜੀ, ਅਤੇ ਜਿਨ੍ਹਾਂ ਨੇ ਯੂਰਪ ਨੂੰ ਆਉਣਾ ਹੀ ਆਉਣਾ ਆ, ਕਿ ਹਾਂ ਵੀ ਇੱਕ ਕੀੜਾ ਹੁੰਦਾ ਨਾ ਬੰਦੇ 'ਚ ਕਿ ਹਾਂ ਵੀ ਆਉਣਾ ਹੀ ਆਉਣਾ ਆ, 100% ਸਾਨੂੰ ਚਾਹੀਦਾ। ਇਹਦੇ ਮੇਰੀਆਂ ਪੁਰਾਣੀਆਂ ਵੀਡੀਓ 'ਚ ਨੰਬਰ ਵੀ ਹੈਗਾ ਆ, ਸਹੀ ਬੰਦੇ ਦਾ, ਸਹੀ, ਅੱਜ ਮੈਂ ਪਹਿਲੀ ਵਾਰ ਕਹਿਣ ਜਾ ਰਿਹਾ ਕਿ ਮੈਂ ਸਹੀ ਬੰਦੇ ਦਾ ਰਾਹ ਤੁਹਾਨੂੰ ਦੱਸੂੰਗਾ, ਸਹੀ ਬੰਦਾ ਟਕਰਾਊਂਗਾ। ਤਕਰੀਬਨ 60 ਦਿਨ ਦੇ ਵਿੱਚ ਵਿੱਚ, ਪੈਸਿਆਂ ਪੂਸਿਆਂ ਦੀ ਗੱਲਬਾਤ ਤੁਸੀਂ ਆਪ ਕਰਨੀ ਆ, 60 ਦਿਨਾਂ 'ਚ ਬੰਦਾ ਲਾ ਦਿੰਦਾ। ਗੱਲ ਤੁਹਾਨੂੰ ਸਿਰਫ ਦੱਸ ਦਊਂਗਾ ਕਿ ਹਾਂ ਵੀ ਆਹ ਬੰਦਾ ਠੀਕ ਆ, ਕਿਉਂਕਿ ਉਹਨੇ ਮੇਰੇ ਦੇਖਦੇ ਦੇਖਦੇ ਕੁਛ ਬੰਦੇ ਲਿਆਂਦੇ ਆ ਯੂਰਪ ਦੇ ਵਿੱਚ, ਅਤੇ ਜਿਨ੍ਹਾਂ ਦੀਆਂ ਰਿਫਿਊਜ਼ਲਾਂ ਲੱਗ ਚੁੱਕੀਆਂ ਆ, ਜਿਨ੍ਹਾਂ ਦਾ ਕੋਈ ਰਾਹ ਗਲੀ ਨਹੀਂ ਹੈਗਾ, ਅਤੇ ਮੇਰੇ ਵੀਰੋ ਸਿਰਫ
ਆ ਫਰਵਰੀ ਮਹੀਨਾ ਜਾਂਦਾ ਮਾਰਚ, ਬਸ ਡੇਢ ਕੁ ਮਹੀਨਾ ਇੰਤਜ਼ਾਰ ਕਰੋ, ਬਹੁਤ ਵੱਡੀ ਖੁਸ਼ਖਬਰੀ ਆ ਰਹੀ ਆ। ਅਤੇ ਉਸ ਰਾਸਤੇ ਤੁਹਾਨੂੰ ਸਾਰਿਆਂ ਨੂੰ ਆਪਾਂ ਵੜ ਦੇਣਾ, ਇੱਧਰ ਨੂੰ ਆਉਣਾ ਤੁਸੀਂ ਆਪ ਹੀ ਆ, ਕਰਨਾ ਤੁਸੀਂ ਆਪ ਹੀ ਆ ਸਾਰਾ ਕੁਛ, ਬਸ ਰਾਹ ਹੀ ਦੱਸ ਸਕਦੇ ਹਾਂ। ਅਤੇ ਉਹ ਜਦੋਂ ਹੋ ਗਿਆ ਕੰਮ, ਅਗਲੀ ਵੀਡੀਓ ਦੇ ਵਿੱਚ ਮੈਂ ਕਲੀਅਰ ਦੱਸੂੰਗਾ ਕਿ ਇਹ ਕੀ ਹੋਣ ਜਾ ਰਿਹਾ ਯੂਰਪ ਦੇ ਵਿੱਚ। 31 ਮਾਰਚ ਤੋਂ ਬਾਅਦ ਜਿੰਨੇ ਬੰਦੇ ਚਾਹੁਣ ਯੂਰਪ ਦੇ ਵਿੱਚ ਐਂਟਰੀ ਕਰ ਸਕਦੇ ਆ 31 ਮਾਰਚ ਤੋਂ ਬਾਅਦ। ਫਿਲਹਾਲ ਹਜੇ ਫੁੱਲ ਇਨਫੋਰਮੇਸ਼ਨ ਨਹੀਂ ਹੈਗੀ, ਜਿੰਨੀ ਕੁ ਮੇਰੇ ਪਾਸ ਸੀਗੀ ਮੈਂ ਤੁਹਾਨੂੰ ਰਾਹ ਦੱਸ ਦਿੱਤਾ। ਕਿਸੇ ਵੀ ਏਜੰਟ ਕੋਲ ਫਸਣ ਦੀ ਜ਼ਰੂਰਤ ਨਹੀਂ ਹੈਗੀ ਹਜੇ, ਜਿਨ੍ਹਾਂ ਨੂੰ ਜ਼ਿਆਦਾ ਜਲਦੀ ਆ, ਚਾਰ ਪੈਸੇ ਹੈਗੇ ਆ, ਉਹ ਮੇਰੇ ਨਾਲ ਕੰਟੈਕਟ ਕਰ ਲੈਣ, ਫਿਰ ਮੈਂ ਬੰਦੇ ਦਾ ਨਾਂ ਪਤਾ ਦੇ ਦੂੰਗਾ, ਉਹ ਆਪੇ ਜਾ ਕੇ ਉਹਨਾਂ ਨਾਲ ਗੱਲਬਾਤ ਕਰਨ। ਪੈਸਾ ਪਹਿਲੇ ਕੋਈ ਨਹੀਂ ਦੇਣਾ, ਗੱਲਬਾਤ ਪੂਰੀ ਫਿੱਟ ਕਰਕੇ ਫਿਰ ਹੀ, ਕਿਉਂਕਿ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਕੱਲ੍ਹ ਨੂੰ ਕੋਈ ਠੱਗੀ ਠੋਰੀ ਮਾਰ ਜਾਵੇ। ਕਿਉਂਕਿ ਹਰੇਕ ਬੰਦੇ ਦੀ ਇਹੀ ਕੰਪਲੇਂਟ ਰਹਿੰਦੀ ਹੈ ਕਿ ਜੱਸੇ ਭਾਅ ਜੀ ਤੁਸੀਂ ਕਿਸੇ ਦਾ ਨੰਬਰ ਕਿਸੇ ਏਜੰਟ ਬਾਰੇ ਗੱਲ ਕਿਉਂ ਨਹੀਂ ਕਰਦੇ। ਅਤੇ ਇਸ ਲਈ ਮੈਂ ਪਹਿਲੀ ਵਾਰ ਆਪਣੇ ਇਸ ਬਲੌਗ ਦੇ ਵਿੱਚ ਦੱਸਣ ਜਾ ਰਿਹਾ ਕਿ ਕੋਈ ਬੰਦਾ ਇਹ ਨਾ ਕਹੇ ਕਿ ਹਾਂ ਜਾਂ ਡੇਢ ਦੋ ਸਾਲ ਹੋ ਗਏ ਇਹ ਬੰਦੇ ਨੇ ਕਿਸੇ ਏਜੰਟ ਦਾ ਨਾਂ ਪਤਾ ਨਹੀਂ ਦੱਸਿਆ। ਫਿਰ ਕਿਸੇ ਵੀ ਵੀਡੀਓ ਦੇ ਵਿੱਚ ਮੈਂ ਕਦੀ ਨਹੀਂ ਇਹ ਗੱਲ ਕਹੀ ਕਿ ਮੈਂ ਨਾ ਏਜੰਟੀ ਕਰਦਾ ਹਾਂ ਨਾ ਮੈਂ ਡੌਂਕਰ ਹਾਂ। ਤੁਸੀਂ ਹੀ ਜੋ ਕਰਨਾ ਆਪਣੇ ਬੇਸ 'ਤੇ ਹੀ ਕਰਨਾ, ਗੱਲਬਾਤ ਕਰਨੀ ਆ ਕਰ ਲਿਓ, ਮੈਂ ਸਿਰਫ ਨੰਬਰ ਦੇ ਸਕਦਾ ਹਾਂ ਬੰਦੇ ਦਾ, ਤੁਸੀਂ ਉਹਨਾਂ ਨਾਲ ਗੱਲ ਕਰੋ, ਜਿੱਦਾਂ ਤੁਹਾਨੂੰ ਸਹੀ ਲੱਗਦਾ ਨਿਬੇੜ ਲਓ। ਕਿਉਂਕਿ ਅਸੀਂ ਸਿਰਫ ਇੱਕ ਇਨਫੋਰਮੇਸ਼ਨ ਵਾਸਤੇ ਔਰ ਹੈਲਪ ਕਰਨ ਵਾਸਤੇ ਲੋਕਾਂ ਵਾਸਤੇ ਮੈਂ ਚੈਨਲ ਖੋਲ੍ਹਿਆ ਹੋਇਆ, ਨਾ ਕਿ ਏਜੰਟੀ ਕਰਨ ਵਾਸਤੇ। ਅਤੇ ਜਿਹੜਾ ਇੱਥੇ ਜਿਹੜਾ ਹਿਸਾਬ ਕਿਤਾਬ ਚੱਲਣ ਡਿਆ ਆ ਜੋਬ ਦਾ ਜਾਂ ਜੋਬਲੈਸ ਆ, ਦੇਖੋ ਜਿੰਨੇ ਵੀ ਬੰਦੇ ਨੇ ਇੰਡੀਆ ਤੋਂ ਆ ਰਹੇ ਆ, ਜਿੰਨੇ ਵੀ ਆ ਚੁੱਕੇ ਆ ਇੱਥੇ, ਆਪਣੇ ਕਿਸੇ ਨਾ ਕਿਸੇ ਰਿਸ਼ਤੇਦਾਰ ਨਾਲ ਗੱਲਬਾਤ ਕਰਕੇ ਪੱਕਾ ਟਿਕਾਣਾ ਬਣਾ ਕੇ ਹੀ ਆਓ, ਕਿਉਂਕਿ ਇੱਥੇ ਕੋਈ ਨਹੀਂ ਕਿਸੇ ਨੂੰ ਦੇਖਦਾ ਯੂਰਪ ਦੇ ਵਿੱਚ। ਖਰਚਾ 2-3 ਮਹੀਨੇ ਦਾ ਕਮ ਸੇ ਕਮ ਤੁਹਾਡੇ ਕੋਲ ਹੋਣਾ ਚਾਹੀਦਾ, ਜਿੰਨੇ ਵੀ ਪੁਰਤਗਾਲ ਆਉਣਾ ਆ। ਪੁਰਤਗਾਲ ਕਿਉਂ, ਈਵਨ ਪੂਰੇ ਯੂਰਪ ਦੇ ਵਿੱਚ ਹੀ 3 ਕੁ ਮਹੀਨੇ ਪਹਿਲੇ ਸਰਵਾਈਵ ਕਰਨ ਵਾਸਤੇ ਆਪਾਂ ਨੂੰ 3 ਮਹੀਨੇ ਦਾ ਖਰਚਾ ਹੋਣਾ ਹੀ ਚਾਹੀਦਾ। ਪਰ ਮੰਥ ਤਕਰੀਬਨ 200-250 ਯੂਰੋ ਰੂਮ ਰੈਂਟ ਹੋਣਾ ਚਾਹੀਦਾ ਬੰਦੇ ਕੋਲ, ਅਤੇ 100 ਯੂਰੋ ਦਾ ਖਾਣਾ ਰੱਖੋ, ਸਿੰਪਲ ਜਿਹਾ ਖਾਣਾ ਖਾਣਾ ਹੋਵੇ ਤਾਂ 100 ਯੂਰੋ ਲੱਗ ਜਾਂਦਾ ਇੱਥੇ, 300 ਯੂਰੋ ਇਹ ਆ। ਅਤੇ ਬਾਕੀ ਜੇ ਕੋਈ ਮਾੜੀ ਮੋਟੀ ਆਪਣਾ ਕੋਈ ਮੋਬਾਈਲ ਚਾਰਜਿੰਗ ਜਾਂ ਕੁਛ ਹੋਰ ਕਨੈਕਟੀਵਿਟੀ ਹੁੰਦੀ ਆ ਬੰਦੇ ਦੀ, ਅਤੇ 400 ਯੂਰੋ 300-350 ਯੂਰੋ ਹੋਣਾ ਚਾਹੀਦਾ ਪਰ ਮੰਥ, ਅਤੇ ਉਸ ਹਿਸਾਬ ਨਾਲ 1500 ਯੂਰੋ ਬੰਦੇ ਕੋਲ ਹੋਵੇ ਜਿਹਨੇ ਯੂਰਪ ਦੇ ਵਿੱਚ ਆਉਣਾ ਆ ਪਹਿਲੀ ਵਾਰ। ਕਿਉਂਕਿ ਇੱਥੇ ਕੋਈ ਨਹੀਂ ਕਿਸੇ ਨੂੰ ਸਾਂਭਦਾ, ਕੋਈ ਚਾਚਾ ਨਹੀਂ, ਕੋਈ ਤਾਇਆ ਨਹੀਂ, ਇੱਥੇ ਸਭ ਟੀਕਾ ਭਰਨ ਵਾਲੇ ਆ, ਬਚ ਕੇ ਹਰੇਕ ਤੋਂ ਬਚਣਾ। ਇਹ ਬਲੌਗ ਬਣਾਉਣ ਦਾ ਮੇਰਾ ਇਹੀ ਮਕਸਦ ਸੀਗਾ, ਸਾਰੀ ਇਨਫੋਰਮੇਸ਼ਨ ਮੈਂ ਇੱਕ ਜਗ੍ਹਾ 'ਤੇ ਇਕੱਠੀ ਕੀਤੀ ਇਸ ਬਲੌਗ ਦੇ ਵਿੱਚ, ਕਿਉਂਕਿ ਹਰ ਪਾਸੇ ਬਹੁਤ ਦਿਨਾਂ ਦਾ ਮੈਂ ਵੀ ਸਟ੍ਰੈਸ ਵਿੱਚ ਚੱਲ ਰਿਹਾ ਸੀ, ਅਤੇ ਮੈਨੂੰ ਲੱਗਿਆ ਕਿ ਇਨਫੋਰਮੇਸ਼ਨ ਲੋਕਾਂ ਤੱਕ ਪਹੁੰਚਾਉਣੀ ਚਾਹੀਦੀ ਹੈ ਆਪਾਂ ਨੂੰ। ਕਾਫੀ ਦਿਨਾਂ ਤੋਂ ਬਲੌਗ ਕੋਈ ਵਧੀਆ ਨਹੀਂ ਸੀ ਆ ਰਿਹਾ ਮੇਰਾ, ਅਤੇ ਸੇਫ ਰਹੋ, ਸਿਕਿਓਰ ਰਹੋ, ਅਤੇ ਮਿਲਦੇ ਹਾਂ ਬਹੁਤ ਜਲਦੀ ਨੈਕਸਟ ਬਲੌਗ ਦੇ ਵਿੱਚ।